ਭਾਰਤ ਦੀਆਂ ਲੋਕ ਸਭਾ ਚੋਣਾਂ ਵਿੱਚ ਲਗਾਤਾਰ ਦੂਸਰੀ ਵਾਰ ਜਿੱਤ ਹਾਸਲ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਸੌਂ ਚੁੱਕੀ। ਕੀ ਖਾਸ ਗੱਲਾਂ ਨੇ ਇਸ ਕੈਬਨਿਟ ਦੀਆਂ, ਕਿਸ ਮੰਤਰੀ ਨੂੰ ਕਿਹੜਾ ਅਹੁਦਾ ਦਿੱਤਾ ਗਿਆ ਹੈ, ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਦੀ ਕੈਬਨਿਟ ਦੀਆਂ ਕੁਝ ਖਾਸ ਗੱਲਾਂ ਦੀ। ਤੁਹਾਨੂੰ ਦੱਸ ਦਈਏ ਕਿ ਮੋਦੀ ਕੈਬਨਿਟ ਦੇ ਵਿੱਚ 6 ਮਹਿਲਾਵਾਂ ਸ਼ਾਮਿਲ ਹਨ। ਮੋਦੀ ਕੈਬਨਿਟ ਦੇ 58 ਮੰਤਰੀਆਂ ਨੇ ਸੌਂ ਚੁੱਕੀ। ਇਸ ਵਿੱਚ 24 ਕੈਬਨਿਟ ਮੰਤਰੀ ਬਣੇ, 24 ਰਾਜ ਮੰਤਰੀ ਬਣੇ ਅਤੇ 19 ਆਗੂ ਪਹਿਲੀ ਵਾਰ ਮੰਤਰੀ ਬਣੇ ਹਨ ਅਤੇ 9 ਰਾਜਾਂ ਦੇ ਮੰਤਰੀਆਂ ਨੂੰ ਆਜ਼ਾਦ ਚਾਰਜ ਦਿੱਤਾ ਗਿਆ ਹੈ। ਇਸ ਸੌਂ ਚੁੱਕ ਸਮਾਗਮ ਦੇ ਵਿੱਚ 6,000 ਤੋਂ ਜ਼ਿਆਦਾ ਮਹਿਮਾਨ ਸ਼ਾਮਿਲ ਹੋਏ। ਸੋ ਹੁਣ ਦੱਸਦੇ ਹਾਂ ਕਿ ਕਿਸ ਮੰਤਰੀ ਨੂੰ ਕਿਹੜਾ ਅਹੁਦਾ ਦਿੱਤਾ ਗਿਆ ਹੈ। ਰਾਜਨਾਥ ਸਿੰਘ ਕੈਬਨਿਟ ਮੰਤਰੀ ਰਾਜ UP, ਅਹੁਦਾ ਰੱਖਿਆ ਮੰਤਰੀ। ਅਮਿਤ ਸ਼ਾਹ ਕੈਬਨਿਟ ਮੰਤਰੀ ਰਾਜ ਗੁਜਰਾਤ, ਅਹੁਦਾ ਗ੍ਰਹਿ ਮੰਤਰੀ। ਨਿਤਿਨ ਗਡਕਰੀ ਕੈਬਨਿਟ ਮੰਤਰੀ ਰਾਜ ਮਹਾਰਾਸ਼ਟਰ, ਅਹੁਦਾ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ। ਸਦਾਨੰਦ ਗੌੜਾ ਕੈਬਨਿਟ ਮੰਤਰੀ ਰਾਜ ਕਰਨਾਟਕ, ਅਹੁਦਾ ਰਸਾਇਣ ਅਤੇ ਖਾਦ ਮੰਤਰੀ। ਨਿਰਮਲਾ ਸੀਤਾਰਮਨ ਕੈਬਨਿਟ ਮੰਤਰੀ ਰਾਜ ਕਰਨਾਟਕ, ਅਹੁਦਾ ਵਿੱਤ ਮੰਤਰੀ, ਕਾਰਪੋਰੇਟ ਮਾਮਲਿਆਂ ਦੇ ਮੰਤਰੀ। ਰਾਮਵਿਲਾਸ ਪਾਸਵਾਨ ਕੈਬਨਿਟ ਮੰਤਰੀ ਰਾਜ ਬਿਹਾਰ, ਅਹੁਦਾ ਉਪਭੋਗਤਾ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਦੇ ਮੰਤਰੀ। ਨਰਿੰਦਰ ਸਿੰਘ ਤੋਮਰ ਕੈਬਨਿਟ ਮੰਤਰੀ ਰਾਜ ਮੱਧ ਪ੍ਰਦੇਸ਼, ਅਹੁਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਪੇਂਡੂ ਵਿਕਾਸ ਮੰਤਰੀ ਅਤੇ ਪੰਚਾਇਤ ਰਾਜ ਮੰਤਰੀ। ਰਵੀ ਸ਼ੰਕਰ ਪ੍ਰਸਾਦ ਕੈਬਨਿਟ ਮੰਤਰੀ ਰਾਜ ਬਿਹਾਰ, ਅਹੁਦਾ ਮੰਤਰੀ ਕਾਨੂੰਨ ਅਤੇ ਜਸਟਿਸ ਮੰਤਰੀ, ਸੰਚਾਰ ਮੰਤਰੀ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ। ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਰਾਜ ਪੰਜਾਬ, ਅਹੁਦਾ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ। ਥਾਵਰ ਚੰਦ ਗਹਿਲੋਤ ਕੈਬਨਿਟ ਮੰਤਰੀ ਰਾਜ ਮੱਧ ਪ੍ਰਦੇਸ਼, ਅਹੁਦਾ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ। ਐਸ ਜੈ ਸ਼ੰਕਰ ਕੈਬਨਿਟ ਮੰਤਰੀ ਰਾਜ ਤਾਮਿਲਨਾਡੂ, ਅਹੁਦਾ ਵਿਦੇਸ਼ ਮਾਮਲਿਆਂ ਬਾਰੇ ਮੰਤਰੀ। ਡਾਕਟਰ ਰਮੇਸ਼ ਪੋਖਰਿਆਲ ਕੈਬਨਿਟ ਮੰਤਰੀ ਰਾਜ ਉੱਤਰਾਖੰਡ, ਅਹੁਦਾ ਮਨੁੱਖੀ ਸਰੋਤ ਵਿਕਾਸ ਮੰਤਰੀ। ਅਰਜੁਨ ਮੁੰਡਾ ਕੈਬਨਿਟ ਮੰਤਰੀ ਰਾਜ ਝਾਰਖੰਡ, ਅਹੁਦਾ ਕੰਬਾਈਲੀ ਮਾਮਲਿਆਂ ਦੇ ਮੰਤਰੀ। ਸਮ੍ਰਿਤੀ ਇਰਾਨੀ ਕੈਬਨਿਟ ਮੰਤਰੀ ਰਾਜ UP, ਅਹੁਦਾ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਤੇ ਕੱਪੜਾ ਮੰਤਰੀ। ਹਰਸ਼ ਵਰਧਨ ਕੈਬਨਿਟ ਮੰਤਰੀ ਰਾਜ ਦਿੱਲੀ, ਅਹੁਦਾ ਸਿਹਤ ਅਤੇ ਪਰਿਵਾਰ ਮੰਤਰੀ, ਸਾਇੰਸ ਅਤੇ ਟੈਕਨੋਲੋਜੀ ਮੰਤਰੀ ਅਤੇ ਧਰਤੀ ਵਿਗਿਆਨ ਮੰਤਰੀ। ਪ੍ਰਕਾਸ਼ ਜਾਵੜੇਕਰ ਕੈਬਨਿਟ ਮੰਤਰੀ ਰਾਜ ਮਹਾਰਾਸ਼ਟਰ, ਅਹੁਦਾ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰੀ, ਸੂਚਨਾ ਅਤੇ ਪ੍ਰਸਾਰਣ ਮੰਤਰੀ। ਪਿਊਸ਼ ਗੋਇਲ ਕੈਬਨਿਟ ਮੰਤਰੀ ਰਾਜ ਮਹਾਰਾਸ਼ਟਰ, ਅਹੁਦਾ ਰੇਲ ਮੰਤਰੀ, ਵਣਜ ਅਤੇ ਉਦਯੋਗ ਮੰਤਰੀ। ਧਰਮਿੰਦਰ ਪ੍ਰਧਾਨ ਕੈਬਨਿਟ ਮੰਤਰੀ ਰਾਜ ਮੱਧ ਪ੍ਰਦੇਸ਼, ਅਹੁਦਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਅਤੇ ਸਟੀਲ ਮੰਤਰੀ। ਮੁਖਤਾਰ ਅੱਬਾਸ ਨਕਵੀ ਕੈਬਨਿਟ ਮੰਤਰੀ ਰਾਜ ਝਾਰਖੰਡ, ਅਹੁਦਾ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ। ਪ੍ਰਹਿਲਾਦ ਜੋਸ਼ੀ ਕੈਬਨਿਟ ਮੰਤਰੀ ਰਾਜ ਕਰਨਾਟਕ, ਅਹੁਦਾ ਸੰਸਦੀ ਮਾਮਲਿਆਂ ਦੇ ਮੰਤਰੀ, ਕੋਲਾ ਮੰਤਰੀ ਅਤੇ ਖਾਣਾ ਬਾਰੇ ਮੰਤਰੀ। ਮਹਿੰਦਰ ਨਾਥ ਪਾਂਡੇ ਕੈਬਨਿਟ ਮੰਤਰੀ ਰਾਜ UP, ਅਹੁਦਾ ਸਕਿੱਲ ਡਿਵੈਲਪਮੈਂਟ ਅਤੇ ਐਂਟਰਪ੍ਰੀਨਿਓਰਸ਼ਿਪ ਮੰਤਰੀ। ਅਰਵਿੰਦ ਗਣਪਤ ਸਾਵੰਤ ਕੈਬਨਿਟ ਮੰਤਰੀ ਰਾਜ ਮਹਾਰਾਸ਼ਟਰ, ਅਹੁਦਾ ਭਾਰੀ ਉਦਯੋਗ ਅਤੇ ਪਬਲਿਕ ਉਦਯੋਗ ਮੰਤਰੀ। ਗਿਰੀਰਾਜ ਸਿੰਘ ਕੈਬਨਿਟ ਮੰਤਰੀ ਰਾਜ ਬਿਹਾਰ, ਅਹੁਦਾ ਪਸ਼ੂ ਪਾਲਣ, ਡੇਰੀ ਅਤੇ ਮੱਛੀ ਪਾਲਣ ਮੰਤਰੀ। ਗਜੇਂਦਰ ਸਿੰਘ ਸ਼ੇਖਾਵਤ ਕੈਬਨਿਟ ਮੰਤਰੀ ਰਾਜ ਰਾਜਸਥਾਨ, ਅਹੁਦਾ ਜਲ ਸ਼ਕਤੀ ਮੰਤਰੀ। ਇਹਨਾਂ ਮੰਤਰੀਆਂ ਦੇ ਨਾਲ ਨਾਲ ਪੰਜਾਬ ਤੋਂ ਸੋਮ ਪ੍ਰਕਾਸ਼ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਸੋਮ ਪ੍ਰਕਾਸ਼ ਰਾਜ ਮੰਤਰੀ ਰਾਜ ਪੰਜਾਬ, ਅਹੁਦਾ ਕਾਮਰਸ ਅਤੇ ਉਦਯੋਗ ਮੰਤਰਾਲਾ।